ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇੱਕ ਛੋਟੀ ਜਿਹੀ ਵੀਡੀਓ ਬਣਾਉਣੀ ਹੈ ਅੱਜ। ਦੋ ਚਾਰ ਸੂਟ ਹੀ ਹੈਗੇ ਹੈ ਅਤੇ ਫਟਾਫਟ ਦਿਖਾ ਦਿੰਦੀ ਹਾਂ, ਕਿਉਂਕਿ ਇਹ ਜਾਣੇ ਹੈ ਸੂਟ। ਅਤੇ ਮੈਂ ਦੇਖਿਆ ਦਿਖਾ ਦੇਵਾਂ, ਕਿਸੇ ਵੇਲੇ ਡਿਜ਼ਾਇਨ ਪਸੰਦ ਆਉਂਦਾ ਕਸਟਮਰ ਨੂੰ ਅਤੇ ਕਸਟਮਰ ਔਡਰ ਕਰ ਸਕਦਾ। ਇਹ ਡਿਜ਼ਾਇਨ ਤਾਂ ਮੈਂ ਪਹਿਲਾਂ ਦਿਖਾ ਚੁੱਕੀ ਹਾਂ, ਪਰ ਲਾਈਟ ਪੀਚ ਕਲਰ ਦੇ ਉੱਪਰ ਸੀਗਾ, ਬਹੁਤ ਹੀ ਲਾਈਟ ਪੀਚ ਕਲਰ ਦੇ ਉੱਪਰ। ਹੁਣ ਇਹ ਗਾਜਰੀ ਕਲਰ ਦੇ ਉੱਪਰ ਹੈ ਅਤੇ ਇਹਦੀ ਲੁੱਕ ਅਲੱਗ ਆ ਰਹੀ ਹੈ। ਬਲੂ ਐਂਡ ਗਰੀਨ ਦਾ ਨਾਲ ਕੰਟਰਾਸਟ ਆ ਜਾਏਗਾ। ਇਹ ਪੂਰਾ ਫਰੰਟ ਘੇਰੇ 'ਤੇ ਆ ਜਾਏਗਾ, ਇਹ ਸਲੀਵਸ 'ਤੇ ਆ ਜਾਏਗਾ ਔਰ ਇਧਰੋਂ ਦੀ ਬੈਕ ਆ ਜਾਏਗੀ। ਨਾਲ ਟੈਬੀ ਦਾ ਦੁਪੱਟਾ ਆ ਜਾਏਗਾ, ਪੂਰੇ ਦੁਪੱਟੇ 'ਤੇ ਵਰਕ। ਚਾਰੋਂ ਤਰਫ ਬਾਰਡਰ ਵੀ ਆ ਜਾਏਗਾ ਅਤੇ ਨਾਲ ਬੂਟੀਆਂ ਵੀ ਆ ਜਾਣਗੀਆਂ। ਸੈਮੀ ਟੈਬੀ ਦਾ ਦੁਪੱਟਾ ਆਏਗਾ ਔਰ ਜਾਮ ਕੋਟਨ ਜਿਹੜਾ ਕੱਪੜਾ ਆਏਗਾ। ਪੂਰੇ 'ਤੇ ਗੋਲਡਨ ਵਰਕ ਵੀ ਹੈ, ਜੇ ਦਿਖ ਰਿਹਾ ਤਾਂ ਜ਼ੂਮ ਕਰਕੇ ਦਿਖਾ ਦਿਓ, ਗੋਲਡਨ ਵਰਕ ਹੈ ਸਾਰੇ 'ਤੇ। ਕੋਸਟ ਰਹੇਗੀ 3500, 3500 ਰੁਪਏ। ਬਹੁਤ ਸੋਹਣਾ ਗਰਮੀਆਂ ਦੇ ਹਿਸਾਬ ਦਾ ਸ਼ੇਡ, ਬਿਲਕੁਲ ਲਾਈਟ ਗ੍ਰੀਨ ਘੀਆ ਜਿਹਾ ਸ਼ੇਡ ਹੈ। ਨਵਾਂ ਡਿਜ਼ਾਇਨ ਉਹਦੇ ਉੱਪਰ ਔਰੇਂਜ ਐਂਡ ਗ੍ਰੀਨ ਦਾ ਇੱਕ ਹੋਰ ਸ਼ੇਡ ਹੈ ਜਿਹਦੇ ਨਾਲ ਇਹ ਪੂਰਾ ਬਾਰਡਰ ਬਣਿਆ ਹੋਇਆ। ਥੱਲੇ ਇਹ ਬਾਰਡਰ ਆ ਜਾਏਗਾ, ਸਾਈਡ 'ਤੇ ਸਲੀਵਸ ਆ ਜਾਣਗੀਆਂ ਔਰ ਇਹ ਬੈਕ 'ਤੇ ਆ ਜਾਏਗਾ। ਇਹਦੇ 'ਤੇ ਵੀ ਗੋਲਡਨ ਵਰਕ ਹੈ ਸਾਰੇ 'ਤੇ, ਬਹੁਤ ਹੀ ਸੋਹਣੀ ਲੁੱਕ ਆ ਰਹੀ ਦੁਪੱਟੇ ਦੀ। ਸੋਰੀ, ਦੁਪੱਟਾ ਨਹੀਂ, ਸੂਟ ਦੀ ਦੁਪੱਟਾ ਉਹਨੇ ਦਿਖਾਉਣਗੀ ਆ। ਦੁਪੱਟਾ ਫਿਰ ਟੈਬੀ ਦਾ ਹੈ, ਇਹ ਕਿਸੇ ਕਸਟਮਰ ਨੇ ਔਡਰ 'ਤੇ ਬਣਵਾਇਆ, ਉਹਨਾਂ ਨੂੰ ਪਸੰਦ ਆਇਆ ਪਹਿਲਾ ਸੂਟ ਅਤੇ ਉਹਨਾਂ ਨੇ ਹੋਰ ਬਣਵਾਇਆ, ਇਸ ਕਰਕੇ ਥੋੜ੍ਹਾ ਡਿਜ਼ਾਇਨ ਵੀ ਚੇਂਜ ਕਰ ਦਿੱਤਾ। ਇਹ ਆਏਗਾ ਤੁਹਾਡਾ ਇੱਕ ਪਾਸੇ ਬਾਰਡਰ, ਸੈਕਿੰਡ ਬਾਰਡਰ ਉਹਦੇ ਉੱਪਰ ਇਹ ਡਿਜ਼ਾਇਨਿੰਗ ਆ ਗਈ। ਦੂਸਰੇ ਪਾਸੇ ਵੀ ਇਸੇ ਤਰ੍ਹਾਂ ਥੱਲੇ ਪੂਰਾ ਭਰਿਆ ਹੋਇਆ ਬਾਰਡਰ, ਉੱਪਰ ਇਹ ਵਾਲਾ ਬਾਰਡਰ ਆ ਜਾਏਗਾ ਔਰ ਇਹ ਪੂਰੇ ਦੁਪੱਟੇ 'ਤੇ ਦਾ ਵਰਕ ਆ ਜਾਏਗਾ। ਪੂਰੇ ਦੁਪੱਟੇ 'ਤੇ ਵਰਕ, ਬਹੁਤ ਸੋਹਣੀ ਲੁੱਕ ਆ ਰਹੀ ਦੁਪੱਟੇ ਦੀ। ਘੀਆ ਸ਼ੇਡ, ਜਾਮ ਕੋਟਨ ਕੱਪੜਾ, ਫਾਈਨ ਵਾਲਾ ਜਾਮ ਕੋਟਨ ਰਹੇਗਾ, ਨਾਲ ਟੈਬੀ ਦਾ ਦੁਪੱਟਾ। ਕੋਸਟ ਫਿਰ ਹੋਏ ਰਹੇਗੀ 3500, 3500 ਰੁਪਏ। ਹੁਣ ਇਹ ਕਰੇਪ ਦੇ ਉੱਪਰ ਹੈ। ਪਹਿਲਾਂ ਮੇਰਾ ਇਹ ਥੋੜ੍ਹਾ ਲਾਈਟ ਸ਼ੇਡ 'ਤੇ ਬਣ ਕੇ ਗਿਆ ਸੀ, ਇਸ ਵਾਰੀ ਥੋੜ੍ਹਾ ਜਿਹਾ ਡਾਰਕ ਸ਼ੇਡ ਹੈ। ਐਕਚੁਲੀ ਜਦੋਂ ਵੀ ਮੈਂ ਕੋਈ ਸੂਟ ਦਿਖਾਉਂਦੀ ਹਾਂ ਸੇਮ, ਜੇ ਕਸਟਮਰ ਔਡਰ ਕਰਦੇ ਹੈ, ਕਈ ਵਾਰੀ ਪਿੱਛੋਂ ਸ਼ੇਡ ਨਹੀਂ ਮਿਲਦਾ ਸੇਮ, ਅਤੇ ਥੋੜ੍ਹਾ ਡਿਫਰੈਂਟ 'ਤੇ ਹੀ ਬਣਾਉਣਾ ਪੈਂਦਾ ਹੈ ਔਰ ਡਿਫਰੈਂਟ ਦੀ ਅਲੱਗ ਲੁੱਕ ਆਉਂਦੀ ਹੈ। ਹਰ ਕੱਪੜੇ ਦੇ ਉੱਪਰ, ਹਰ ਕਲਰ ਦੇ ਉੱਪਰ ਡਿਜ਼ਾਇਨ ਦੀ ਅਲੱਗ ਲੁੱਕ ਆਉਂਦੀ ਹੈ। ਬਹੁਤ ਸੋਹਣਾ ਲੱਗਦਾ ਇਹਦੇ ਉੱਪਰ ਵੀ। ਗੋਲਡਨ ਕੰਮ ਸਪੈਸ਼ਲ ਕਸਟਮਰ ਨੇ ਕਹਿ ਕੇ ਕਰਵਾਇਆ ਹੈ, ਇਹ ਸਲੀਵਸ 'ਤੇ ਆ ਜਾਏਗਾ। ਨਾਲ ਸੈਮੀ ਚਿਨੋਨ ਦਾ ਦੁਪੱਟਾ ਆ ਜਾਏਗਾ, ਪੂਰੇ ਦੁਪੱਟੇ ਦੇ ਉੱਪਰ ਵੱਡੇ ਬੰਚਸ ਆ ਜਾਣਗੇ, ਦੋ ਇਸ ਕੋਰਨਰ 'ਤੇ, ਦੋ ਸੈਂਟਰ ਵਿੱਚ ਆ ਜਾਣਗੇ ਔਰ ਦੋ ਇਸ ਕੋਰਨਰ 'ਤੇ ਆ ਜਾਣਗੇ। ਪੂਰੇ ਦੁਪੱਟੇ 'ਤੇ ਆਉਂਦਾ ਹੈ, ਸਕਰੀਨਸ਼ੋਟ ਲੈ ਸਕਦੇ ਹੋ। ਇਹਦੀ ਕੋਸਟ ਹੈਗੀ 2800 ਰੁਪਏ। ਕਰੇਪ ਜਿਹੜੀ ਹੈ ਇਹ ਨੋਰਮਲ ਵਾਲੀ ਕਰੇਪ ਹੈ, ਵਧੀਆ ਵਾਲੀ ਨਹੀਂ। ਫਿਰ ਗਰਮੀਆਂ ਦਾ ਸ਼ੇਡ, ਫਿਰੋਜ਼ੀ ਕਲਰ, ਫਿਰੋਜ਼ੀ ਦੇ ਉੱਪਰ ਪਿੰਕ ਸ਼ੇਡ ਦੇ ਨਾਲ ਪੂਰਾ ਥੱਲੋਂ ਲੈ ਕੇ ਉੱਪਰ ਤੱਕ ਆਏਗਾ ਡਿਜ਼ਾਇਨ, ਵੱਡੇ ਫਲਾਰਸ, ਫਿਰ ਥੋੜ੍ਹੇ ਛੋਟੇ ਉੱਪਰ ਤੱਕ। ਵਧੀਆ ਵਾਲੀ ਕਰੇਪ ਰਹੇਗੀ ਔਰ ਸੈਮੀ ਚਿਨੋਨ ਦਾ ਦੁਪੱਟਾ ਰਹੇਗਾ। ਪੂਰੇ ਦੁਪੱਟੇ 'ਤੇ ਦੋਨੋਂ ਸਾਈਡ 'ਤੇ ਭਰਿਆ ਹੋਇਆ ਬਾਰਡਰ ਔਰ ਸੈਂਟਰ ਵਿੱਚ ਕਲੀਆਂ,
बहुत सोनी लोकारी दुपट्टे दी, डबल डाई दुपट्टा है, साइड पे बॉर्डर जड़ा है डार्क पिंक कलर का आएगा और सेंटर विच फिरोजी आएगा। स्क्रीनशॉट ले सकते हो। ये नवा कलर बन के आया है, पहला वैसे ये ऊपर बनया सी मल्टी कलर फ्लावर्स बने सीगे, इस बारी सिर्फ पिंक कलर दे फ्लावर्स है। नेवी ब्लू, डार्क नेवी ब्लू कलर दे ऊपर पिंक देना फुल नाल गोल्डन काम आएगा, स्लीव से आ जाएगा, डबल डाई दुपट्टा आ जाएगा, डार्क नेवी ब्लू दे नाल पिंक का कंट्रास्ट, बॉर्डर पूरा पिंक आ जाएगा। पूरे दुपट्टे ते दोनों साइड्स ते वेल आ जाएगी पूरी थल्ले तक, बहुत ज़्यादा गेटअप आ रही है सूट दी दुपट्टे दी। एक्चुअली जाना सी ते मैं क्या पहले इसकी वीडियो बना लवा, क्योंकि कुछ डिज़ाइन बड़े सोने बनते हैं तो वीडियो विच ना दिखाए जाते फिर वो मिस हो जाते हैं। स्क्रीनशॉट ले सकते हो, उम्मीद है तुहानू फिर मेरा कलेक्शन पसंद आया होएगा। वाहिगुरू जी का खालसा, वाहिगुरू जी की फतेह।